ਕਿਵੇਂ ਤਾਰ ਲਿਆ ਰੇਂਚੋ? ਰੇਂਚੋ ਤਾਂ ਬਈ ਤਾਰਦਾ ਬਹੁਤ ਔਖਾ। ਹਾਂ ਬਾਈ ਗਾਣੇ ਤਾਂ ਚਲੋ ਕਰਨੇ ਹੀ ਆ ਯਾਰ, ਹੁਣ ਕਰ ਲੈਣ ਤੋਂ ਅਗਲਾ ਜਿਹੜਾ ਕਰਦਾ ਹੁਣ ਅਗਲੇ ਨੂੰ ਗਾਣੇ ਵੀ ਨੀ ਕਰਦੇ ਨੇ। ਖਬਰ ਕਿਹੜਾ ਇੱਧਰ ਲਾ ਹੱਥ ਦਾ ਕਿਹੜਾ, ਕੋਈ ਚੱਕਰ ਵਾਲੀ ਗੱਲ ਨੀ, ਟੈਂਸ਼ਨ ਵਧਿਆ ਕਰੋ, ਗਾਣੇ ਗੁਣੇ ਨੇ ਨੇੜੀ ਠਾ ਦਿਆਂਗੇ। ਆਪਣਾ ਉਹੀ ਗੱਲ ਹੈ ਨਾ ਵੀ ਜ਼ਿਆਦਾ ਜਮੀ ਤੁਰਨਾ ਨਹੀਂ, ਤੁਰਨਾ ਨਹੀਂ ਤਾਂ ਜੇ ਫਿਰ ਨਹੀਂ ਫਿਰ ਸਾਰਿਆਂ ਦੀ ਰੇਸ ਲਵਾਉਣੇ ਹੁੰਦੇ ਆਪਾਂ। ਹਾਂਜੀ, ਪਹਿਲਾਂ ਤਾਂ ਲਿਮਿਟਡ ਗਿਆਨ ਦੇਖ ਰਹੇ ਸਾਰੇ ਦੋਸਤਾਂ ਨੂੰ ਕੁਲਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੁਝ ਸਮੇਂ ਬਾਅਦ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਈਸਟ ਸਾਈਡ ਫਲੋ ਆਉਣ ਵਾਲਾ ਹੈ। ਇਹ ਗਾਣਾ ਕਿਸ ਤਰ੍ਹਾਂ ਦਾ ਹੋਵੇਗਾ ਅਤੇ ਇਸ ਗਾਣੇ ਦੇ ਵਿੱਚ ਕੀ ਹੋਵੇਗਾ, ਇਸ ਬਾਰੇ ਉਹਨਾਂ ਨੇ ਆਪਣੇ ਇੰਡੀਆ ਲਾਈਵ ਸ਼ੋਅ ਟੂਰ ਦੇ ਦੌਰਾਨ ਦੱਸ ਹੀ ਦਿੱਤਾ ਸੀ। ਉਹਦਾ ਵੀਡੀਓ, ਉਹਦੇ ਲਿਰਿਕਸ, ਉਹਦਾ ਟ੍ਰੇਲਰ, ਜਿਵੇਂ ਕਲਮਾ ਫੜ ਕੇ ਥੱਪੜ ਮਾਰ ਦਿੰਦੇ ਨਾ ਐਂ ਵੱਜੂਗਾ ਦੇਖਿਓ। ਜਿਵੇਂ ਕਿ ਸਿੱਧੂ ਮੂਸੇਵਾਲੇ ਦੀਆਂ ਇਹਨਾਂ ਗੱਲਾਂ ਤੋਂ ਪਹਿਲਾਂ ਹੀ ਲੱਗ ਰਿਹਾ ਸੀ ਕਿ ਉਹਨਾਂ ਦੇ ਨਵੇਂ ਗਾਣੇ ਦੇ ਵਿੱਚ ਇੱਕ ਵੱਡਾ ਅਤੇ ਠੋਕਵਾਂ ਰਿਪਲਾਈ ਹੋਵੇਗਾ, ਉਸੇ ਤਰ੍ਹਾਂ ਹੀ ਹੁਣ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਉਹਨਾਂ ਦਾ ਗਾਣਾ ਈਸਟ ਸਾਈਡ ਫਲੋ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ ਰਿਪਲਾਈ ਹੋਵੇਗਾ। ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਉਹਨਾਂ ਦੇ ਗਾਣੇ ਈਸਟ ਸਾਈਡ ਫਲੋ ਦੇ ਨਾਲ ਇੱਕ ਵਾਰ ਫਿਰ ਤੋਂ ਠੰਡਾ ਹੋਇਆ ਮਸਲਾ ਬਹੁਤ ਜ਼ਿਆਦਾ ਗਰਮਾਉਣ ਜਾ ਰਿਹਾ ਹੈ। ਜੀ ਹਾਂ ਦੋਸਤੋ, ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਿੱਧੂ ਮੂਸੇਵਾਲੇ ਦੀਆਂ ਇਹ ਪੋਸਟਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੇ ਗਾਣੇ ਦੇ ਵਿੱਚ ਕਿਸ ਤਰ੍ਹਾਂ ਦੀ ਅੱਗ ਹੋਵੇਗੀ। ਇਹਨਾਂ ਪੋਸਟਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਇਸ ਮਸਲੇ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨੇ ਹਨ ਅਤੇ ਤੁਸੀਂ ਕਿਸ ਦੀ ਸਪੋਰਟ ਦੇ ਵਿੱਚ ਹੋ, ਸਿੱਧੂ ਮੂਸੇਵਾਲਾ ਜਾਂ ਫਿਰ ਕਰਨ ਔਜਲਾ, ਇਸ ਦੇ ਬਾਰੇ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਅਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਲਿਮਿਟਡ ਗਿਆਨ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਲਿਮਿਟਡ ਗਿਆਨ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਵੀ ਔਨ ਕਰ ਲਓ। ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਆਓ ਹੁਣ ਤੁਹਾਡੀ ਝਲਕ ਮਰਾਉਂਦੇ ਹਾਂ ਸਿੱਧੂ ਮੂਸੇਵਾਲਾ ਦੀਆਂ ਇਹਨਾਂ ਪੋਸਟਾਂ 'ਤੇ। ਪਹਿਲੀ ਪੋਸਟ ਜੋ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਉਹ ਉਹਨਾਂ ਨੂੰ ਟੈਗ ਕੀਤੀ ਹੈ ਪ੍ਰਤਾਪ PV13 ਨੇ। ਇਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਵੇਂ ਆ ਰਹੇ ਗਾਣੇ ਦੇ ਪੋਸਟਰ ਦੇ ਉੱਪਰ ਲਿਖਿਆ ਹੈ ਉਹ ਬਹੁਤ ਚਿਰ ਗਿੱਦੜਾਂ ਨੇ ਰਾਜ ਕਰ ਲਿਆ ਹੁਣ ਸ਼ੇਰ ਵਾਪਸੀ ਕਰਨਗੇ, ਜਸਟ ਵੇਟ ਐਂਡ ਵਾਚ। ਸਿੱਧੂ ਮੂਸੇਵਾਲਾ ਨੇ ਸੈਕਿੰਡ ਪੋਸਟ ਸ਼ੇਅਰ ਕੀਤੀ ਹੈ ਸੰਦੀਪ ਮਾਨਸੇਵਾਲੇ ਦੀ ਜਿਸ ਦੇ ਵਿੱਚ ਲਿਖਿਆ ਹੈ ਫੂਕਾਂ ਨਾਲ ਤੂਫਾਨ ਕਦੇ ਪਿੱਛੇ ਜਾਣਨਾ, ਸ਼ੇਰ ਆਪਣਾ ਸ਼ਿਕਾਰ ਕਦੇ ਦਿੰਦੇ ਖਾਣਨਾ, ਸਾਨਾਂ ਵਾਲੇ ਭੇਡ ਕੋਲ ਖੜੀ ਦਾ ਨਹੀਂ ਹੁੰਦਾ, ਸਿਆਣੇ ਕਹਿਣ ਸੱਚ ਵਿੱਚ ਬੜੀ ਦਾ ਨਹੀਂ ਹੁੰਦਾ। ਸਿੱਧੂ ਮੂਸੇਵਾਲਾ ਨੇ ਥਰਡ ਪੋਸਟ ਸ਼ੇਅਰ ਕੀਤੀ ਹੈ ਸੁਭ ਸੰਧੂ ਦੀ ਜਿਹੜੇ ਲਿਖਦੇ ਹਨ ਕਹਿੰਦੇ ਜਦੋਂ ਸ਼ੇਰ ਸ਼ਿਕਾਰ ਕਰਦਾ ਕਰਦਾ ਜੰਗਲ ਛੱਡ ਦਿੰਦਾ ਅਤੇ ਸ਼ਹਿਰ ਵੱਲ ਨੂੰ ਤੁਰ ਪੈਂਦਾ, ਫਿਰ ਪਿੱਛੋਂ ਜੰਗਲ 'ਚ ਰੌਲਾ ਬਾਲਾ ਪੈਂਦਾ, ਸਾਰੇ ਜਾਨਵਰ ਚਾਵਲ ਪੈਂਦੇ ਆ ਕਿ ਰਾਜਾ ਤਾਂ ਗਿਆ ਕਿਤੇ, ਪਰ ਜਦੋਂ ਸ਼ੇਰ ਵਾਪਸ ਆ ਕੇ ਇੱਕ ਵਾਰ ਫਿਰ ਗਰਜਦਾ ਜੰਗਲ ਦੁਬਾਰਾ ਸ਼ਾਂਤ ਹੋ ਜਾਂਦਾ, ਹੈਸ਼ ਕਿੰਗ ਮੂਸਾ ਹੈਸ਼ ਰੀਅਲ ਵੰਸ ਓਨਲੀ। ਅਗਲੀ ਪੋਸਟ ਦੇ ਵਿੱਚ ਲਿਖਿਆ ਬਾਈ ਜੀ ਦੌਰ ਚੱਲਦਾ ਆਪਣਾ, ਅਤੇ ਇਸ ਤੋਂ ਅਗਲੀ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਸ਼ੇਅਰ ਕੀਤੀ ਆ ਇੰਦਰ ਦੀ ਜਿਹਦੇ ਵਿੱਚ ਲਿਖਿਆ ਸ਼ੇਰ ਪਿੱਛੇ ਹਟਿਆ ਸੀ ਮੁੜ ਝਪਟਣ ਨੂੰ। ਸਿੱਧੂ ਮੂਸੇਵਾਲਾ ਦੀ ਲਾਸਟ ਪੋਸਟ ਦੇ ਵਿੱਚ ਲਿਖਿਆ ਗਿਆ ਕੁਝ ਸਮੇਂ ਚੁੱਪ ਵੇਖ ਕੇ ਨਾ ਕਮਜ਼ੋਰ ਤੂੰ ਜਾਣ ਬੈਠੀ, ਸ਼ਾਹੀ ਰਿਆਸਤ ਦੇ ਗੜ ਵਰਗਾ ਤੈਥੋਂ ਮੱਲਿਆ ਨਹੀਂ ਜਾਣਾ, ਪੱਛੋਂ ਦੀ ਪੌਣ ਜਿਹਾ ਭਾਵੇਂ ਨਰਮ ਸੁਭਾਅ ਰੱਖਿਆ, ਜਦ ਬਣ ਕੇ ਬਰੋਲਾ ਆਇਆ ਤੈਥੋਂ ਝੱਲਿਆ ਨਹੀਂ ਜਾਣਾ, ਐਟ ਸਿੱਧੂ ਮੂਸੇਵਾਲਾ। ਸੋ ਦੋਸਤੋ, ਇਹ ਤਾਂ ਸੀ ਕੁਝ ਪੋਸਟਾਂ ਜੋ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ, ਅਤੇ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਵੀ ਜ਼ਰੂਰ ਔਨ ਕਰ ਲਓ। ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਉਹਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।